फिर से हुआ विदेश की धरती पर पंजाबी नौजवान पर हमला। जी हाँ, जिला मुक्तसर के विधानसभा हल्का मलोट के रहने वाले 25 वर्षीय नौजवान सतपाल सिंह पर 5 दिन पहले न्यूजीलैंड में हुए जानलेवा हमले में जहां उसकी हालत नाजुक बनी हुई है, वहीं उसके परिवार वालों ने भारत सरकार से अपील की कि वह न्यूजीलैंड सरकार से बातचीत कर आरपीओ को जल्द पकड़ने के लिए जोर डाले और उन पर सख्त कार्रवाई करने की मांग भी की। मुक्तसर से अशफाक ढूडी। ਪਹਿਲਾਂ ਤਾਂ ਆਉਂਦਾ ਠੀਕ ਠਾਕ ਵੀ ਮੈਂ ਇੱਥੇ ਵੀ ਮੈਂ ਰਜੀ ਲੱਗਿਆ ਹੋਇਆ ਮੈਂ ਖੁਸ਼ ਹਾਂ। ਜਿੱਦਣ ਦਾ ਹੁਣ ਆ ਸੁਣਿਆ ਉਦਣ ਦਾ ਸਾਡਾ ਤਾਂ ਕੋਈ ਹਾਲ ਨਹੀਂ ਹੈਗਾ। ਅਸੀਂ ਮੇਰੇ ਸਾਡਾ ਤਾਂ ਉਦਣ ਦਾ ਕੋਈ ਖਾਣ ਨੂੰ ਜੀ ਕਰਦਾ ਨਾ ਕੁਛ ਪੀਣ ਨੂੰ ਕਰਦਾ ਨਾ ਸਾਨੂੰ ਅਜੇ ਕੋਈ ਪਤਾ ਲੱਗਾ। ਸਾਨੂੰ ਤਾਂ ਫੋਨ ਆਇਆ ਸੀਗਾ ਜੀ, ਫੋਨ ਤੋਂ ਨਾ ਵੈਸੀ ਜੋ ਇਹਨੇ ਦੱਸਿਆ ਤੁਹਾਡੇ ਬੱਚੇ ਨਾਲ ਆਹ ਘਟਨਾ ਵਾਪਰੀ ਹੈ, ਦਾਖਲਾ ਉੱਥੇ। ਸਾਨੂੰ ਇਹ ਨਹੀਂ ਕਲੀਅਰ ਹੋ ਸਕਿਆ ਅਜੇ ਵੀ ਕੀ ਹੋਇਆ ਉਹਦੇ ਨਾਲ ਜੀ। ਅਜੇ ਕਿੰਨੀ ਦੇਰ ਹੋ ਗਈ ਤੁਹਾਡੇ ਬੇਟੇ ਨੂੰ ਵਿਦੇਸ਼ ਗਏ? ਕਰੀਬ 4 ਸਾਲ ਹੋ ਗਏ ਜੀ। ਹੁਣ ਉਹਦਾ ਵੀਜ਼ਾ ਆਇਆ ਸੀ 3 ਸਾਲ ਦਾ ਜੀ, ਵਰਕ ਵੀਜ਼ਾ ਜੀ। ਵਰਕ ਵੀਜ਼ਾ 1 ਦਿਨ ਪਹਿਲਾਂ ਆਇਆ ਜੀ, ਅਗਲੇ ਦਿਨ ਉਹਦੇ ਨਾਲ ਆਏ ਪਾਣਾ ਵਰਤੋੜਿਆ ਜੀ। ਹਾਂਜੀ, ਵੇਚ ਵਿਦੇਸ਼ ਤਾਂ ਹੀ ਭੇਜਿਆ ਵੀ ਉੱਥੇ ਸੇਫ ਹੈ, ਇੰਡੀਆ ਨਾਲ ਨਸ਼ੇ ਵੀ ਹੈ ਨਹੀਂ ਕੋਈ, ਉੱਥੇ ਕੋਈ ਇਹ ਜਿਹੇ ਘਟਨਾ ਫਿਰ ਕੁਦਨ ਦੇ ਵੀ ਘੱਟ ਹੈ, ਪਰ ਇਹ ਕੋਈ ਪਤਾ ਹੀ ਨਹੀਂ ਸੀ ਵੀ ਉੱਥੇ ਵੀ ਜੇ ਬਾਹਰ ਵੀ ਜੇ ਇਹੋ ਕੰਮ ਹੈ ਫਿਰ ਤਾਂ ਕੋਈ ਸੇਫ ਹੀ ਹੈ ਨਹੀਂ ਜੀ।